अस्सलाम वालेकुम, मैं हमारे आकिब थोड़े पे यूट्यूब चैनल देसी माहौल। उम्मीद करें ना तो सारे ठीक हो सो। तुहानू मैं अज्ज कुछ शायरी कविता जड़ी सही होवे तुहानू मैं कल सुनाया। जड़े होंदे कोई आखदे कवालियां ते कोई सैफल मलूक आखदे, तुहानू मैं सुनाया। ओ तुस आखदे हो सो भई कौन आ, ओ मेरे नाल साढ़े घर दे नाल गंगांडी रांदे उन्हां दे बजुर्ग, ओ ऐसा उन्हां नूं दादे जान कहंदे आ। उन्हां नूं मैं आखा इक कवालियां सुणे सो, ओ इस वास्ते मैं सुणाईआं तां मैं ओ वधे ही खा रहे। मैं तां दिखवे सही, मैं कल तां कल आली वीडियो कवालियां सुणे सुणाईआं, लेकिन मेरा रूह करें तां प्याज अज सुणावां, लेकिन ओ बहु कम करें दे वधे नहीं, इस वास्ते मैं सुणा ना सकदा। ते कोई होर शायद थोड़ा मैं सब्जियां दिखे ना जिड़ियां सन लाई हुई घर च, बाग लगे हुए साढ़े कणक लगी हुई, ये तो मछियां दिखे ना, मैं दिखे ना पल पीछे नजर आ पिया उसी, ये तो नजर आती पी नहर इे कणक घर ही नजर एक आता पी उसी, देखो माशाला इडू नाल है बाग इडू नाल थ नजर आता पी उसी बाग ते पीछे कणक लिखवे ना इडा ही सब्जियां ते मैं लिखवे ना यहाँ सारी इन्हे दे नाल बाग ये कणक इडे लगी हुई है पिछू रहा वादा पी है रोडी ते नहर भी है नजर आती पी उसी देखो कार जी पई है। हम मैं लिखवे ना मिठा जिन्हू मिठे माल्टा कहते हैं, ए है मिठे दा बूटा को नजदीक बन के दिखे ना, ए देखो ए मिठे दा बूटा ये मिठे माल्टे लगते हैं, उन्होंने आखा ही मिठा वेंद है, आखा ही मिठा वेंद है। दूसरा घर इन कणक एडी नजर आती पई है, देखो बिच कितना अच्छा माहौल है। आओ तुम मैं दिखे ना सब्जियां माल डंगर ए पिछू देखो तुम माल डंगर नजर आता पी आ जिन्हों के गौ मजा नाल परे तुम बाग ही नजर आता पी है नाल ही देखो करीब ये बच्चा ही है नाल नजर आते पे बाग ते कणक ये सब्जी ते मैं तुम दिखे नहीं हाँ तुम सब्जी मैं दिख देना। आओ मैं बस वो लाइनी नोडियो पिछे तुम कमरा जहा नजर आता पी उसी ਉਹ ਦੇਖੋ ਤੁਹਾਨੂੰ ਪਿੱਛੇ ਕਮਰਾ ਜਿਹਾ ਨਜ਼ਰ ਆਉਂਦਾ ਪਿਆ ਸੀ ਜਿਹਦੇ 'ਤੇ ਬਾਜਰੇ ਦੇ ਟਾਂਡੇ ਲੱਗੇ ਹੋਏ ਨੇ ਉਹਦੇ ਵਿੱਚ ਬਨ ਸਭ ਦੇਣੇ ਆ ਮਾਲ ਲੰਗਰ ਇਹਨੂੰ ਨਾਲ ਦਰਖਤ ਅਤੇ ਇਹ ਦੇਖੋ ਮਾਸ਼ਾ ਥੋਮ ਵੀ ਜਾ ਹੋਇਆ ਹੈ ਤੁਹਾਨੂੰ ਮੂੰਗਰੇ ਹੀ ਦਿਖਦੇ ਨੇ ਆ ਇਹ ਥੋਮ ਇਹ ਹੀ ਮੂੰਗਰੇ ਇਹ ਦੇਖੋ ਥੋਮ ਇਹ ਥੋਮ ਹੈ ਇਹਦੇ ਨਾਲ ਤੁਹਾਨੂੰ ਬੂਟੇ ਵੀ ਨਾ ਇਹ ਦੇਖੋ ਇਹ ਮਾਲਟਿਆਂ ਦੇ ਬੂਟੇ ਇਹਦੇ ਨਾਲ ਇਹ ਬੂਟੇ ਇਹਦੇ ਨਾਲ ਕਣਕ ਥੱਲੇ ਮੇਰੇ ਜਦੋਂ ਇਹਦੇ ਨਾਲ ਨਜ਼ਰ ਆਉਂਦੀ ਪਈ ਸੀ ਕਣਕ ਇਹਦੇ ਵਾਤੇ ਦੇਖੋ ਮੂੰਗਰੇ ਆ ਗਏ ਹਨ ਇੱਥੇ ਮੂਲੀਆਂ ਹਨ ਸਹੀ ਅਤੇ ਬੰਨੇ 'ਤੇ ਬੀਜੀਆਂ ਹਨ ਲੇਕਿਨ ਜਿਹੜੇ ਮੂਲੀਆਂ ਹਨ ਉਹ ਪੱਟ ਕੇ ਲੋਕ ਖਾਧੀ ਜਾਂਦੇ ਹਨ ਇਸ ਵਾਸਤੇ ਖਤਮ ਠੀਕ ਹੈ ਨਹੀਂ ਤਾਂ ਮੈਂ ਲਿਖਵਾਵਾਂ ਜ਼ਰੂਰ ਆ ਇਹਨੂੰ ਨਾਲ ਕਣਕ ਜਿੱਥੇ ਮੰਨੋ ਤਾਂ ਹੀ ਸਾਡੀ ਇੱਥੇ ਕਣਕ ਆਉਂਦੀ ਹੈ ਮੈਂ ਤਾਂ ਇਸ ਬਾਗ ਹੈ ਜੀ ਕਣਕ ਅਤੇ ਨਾਲ ਹੀ ਦੇ ਕਣਕ ਇਹਦੇ ਵਾਤੀ ਦੇ ਨਾਲ ਪਿੱਛੇ ਨਜ਼ਰ ਆਉਂਦਾ ਪੀ ਅਸੀਂ ਅਤੇ ਨਾਲ ਕਣਕ ਬਾਗ ਵਿੱਚ ਅਤੇ ਨਾਲ ਅਤੇ ਅਮਰੂਦਾਂ ਦੇ ਇਹੋ ਜਿਹੇ ਮੈਂ ਅਮਰੂਦ ਥੀ ਗਿਆ ਅੰਬ ਥੀ ਗਿਆ ਕੋਈ ਆੜੂ ਥੀ ਗਿਆ ਇਹੋ ਜਿਹੇ ਦਰਖਤ ਲੱਗੇ ਹੋਏ ਹਨ ਇਹਦੇ ਨਾਲ ਕਣਕ ਤੁਹਾਨੂੰ ਮੈਂ ਲਿਖੇ ਨਾ ਉਹ ਵੀ ਇਤਨੀ ਖੂਬਸੂਰਤ ਹੈ ਮੈਂ ਇਹ ਦੇਖੋ ਮਾਇਆ ਬੂਟੇ ਕਿਤਨੇ ਅੱਛੇ ਹਨ ਇਸ ਵਾਰੀ ਨਾ ਪਾਲੀ ਚਾਹ ਆਈ ਵਿਕੇ ਵੀ ਹਨ ਇਸ ਵਾਰੀ ਅਗਲੇ ਸਾਲ ਦੇ ਵਾਸਤੇ ਬਹੁਤ ਜ਼ਿਆਦਾ ਪਰਚੇ ਤੁਹਾਨੂੰ ਠੀਕ ਹੈ ਨਹੀਂ ਇਹ ਨਾਲ ਦੇਖੋ ਇਹ ਆਇਆ ਵੱਡਾ ਇਦੂ ਨਾਲ ਬਾਕੀ ਦੇ ਮੈਂ ਆ ਗਈ ਵਿੱਚ ਹੋਰ ਬਹੁਤ ਚਾਹ ਬੋਲ ਲੈਂਦੇ।
ਤੁਹਾਨੂੰ ਮੈਂ ਡਿਕਲੇਨਾ ਸਾਰਾ ਜਿਹੜੀ ਤੁਹਾਨੂੰ ਮੈਂ ਰੋਡ ਬਣਾਉਂਦਾ ਵੀ ਆ ਉਹ ਡਿਕਲੇਨਾ ਨਾਲ ਹੀ ਪੂਰੇ ਹੁੰਦੇ ਬਾਲ ਨਾਲ ਉਹੀ ਤੁਹਾਨੂੰ ਡਿਕਲੇਨਾ ਉਹ ਇੰਨੇ ਆਉ ਤਾਂ ਚੂੜੀਆਂ ਦੇ ਹਾਰ ਵੇ ਮੈਂ ਕੰਨ ਨੱਗ ਉਹ ਢਾਵੇਂ ਕਿਹੜਾ ਓਏ ਅੱਲਾ ਸਾਹਿਬ ਨਾ ਨਹੀਂ ਮੈਂ ਕਿਹਾ ਆਪਣੇ ਭਰਾ ਵੇਂਦਾ ਪੀ ਮੇਰਾ ਅੱਗੂ ਜਿਹੜੇ ਤੁਹਾਨੂੰ ਟੱਪਾ ਕੈਮਰੇ ਅੱਗੂ ਲੇਕਿਨ ਨਾ ਸਾਹਮਣੇ ਕੈਮਰੇ ਦੇ ਨਹੀਂ ਆਉਂਦਾ ਇਸ ਵਾਸਤੇ ਕਿ ਉਹਨੂੰ ਸ਼ਰਮ ਆਉਂਦੀ ਹੈ ਤਾਂ ਉਹਨੂੰ ਮੈਂ ਦੇਖਦਾ ਵੇਂਦਾ ਹੁੰਦੇ ਅੱਗੂ ਖੂਹ ਜੀ ਆਈ ਉਹਦੇ ਵਿੱਚ ਮੈਂ ਡਾਣ ਲੱਗਾ ਉਹ ਕੈਮਰੇ ਵਾਸਤੇ ਸਾਹਮਣੇ ਪਤਾ ਨਹੀਂ ਕਿਉਂ ਨਹੀਂ ਆਉਂਦਾ ਉਹਨੂੰ ਸ਼ਰਮ ਆਉਂਦੀ ਹੈ ਲੇਕਿਨ ਉਹਨੂੰ ਮੈਂ ਗੇਮ ਕਿ ਕਿਡਾਈ ਆ ਸਾ ਜ਼ਰੂਰ ਇਹ ਦੇਖੋ ਨਾਲ ਸਾਡੇ ਲੱਗੇ ਕਲੋ ਤਿੰਨ ਅਮਰੂਦ ਉਹ ਵੇਂਦਾ ਵੀ ਆ ਮੇਰਾ ਭਰਾ ਹਾਥੀ ਨੂੰ ਪਰੇ ਮੂੰਹ ਕੀਤਾ ਜਾ ਉਸ ਨੂੰ ਸ਼ਰਮ ਆਉਂਦੀ ਪਈ ਆਈ ਇਸ ਵਾਸਤੇ ਪਰੇ ਜਾ ਮੂੰਹ ਕੀਤਾ ਮੇਰੇ ਕੈਮਰੇ ਦੇ ਸਾਹਮਣੇ ਨਹੀਂ ਆਉਂਦਾ ਲੇਕਿਨ ਗੱਲਾਂ ਜ਼ਰੂਰ ਕਰਦਾ ਇਹ ਦੇਖੋ ਯਾਰ ਆਤਿਫ ਬਾਬਰੇ ਆਏ ਇਹਦਾ ਅਗਰ ਤੁਹਾਨੂੰ ਪਿੱਛੇ ਨਜ਼ਰ ਆਉਂਦਾ ਵੀ ਅਸੀਂ ਆ ਗਏ ਅੱਗੇ ਮੈਂ ਡਾਊਨ ਲੰਘਾ ਹਾਂ ਲੇਕਿਨ ਇਹ ਵਿੱਚੋਂ ਨਹੀਂ ਦਿਖਵਾਇਆ ਇਹ ਹੀ ਮਿੱਠੇ ਦੇ ਬੂਟੇ ਨਾਲ ਸਾਰੇ ਮਿੱਠੇ ਇਹ ਹੀ ਮੌਸਮੀ ਦੇ ਹਾਰ ਵੈ ਮੈਂ ਕਿਆ ਨਨ ਨ ਗੋਰੀ ਨਨ ਨਨ ਮੈਂ ਗੋਰੀ ਚੂੜੀ ਲੱਦੇ ਹਾਰ ਵੈ ਜਿਹੜਾ ਤੁਹਾਨੂੰ ਮੈਂ ਸਾਡਾ ਦਾਦਾ ਜਾਨ ਕੁਆਲੀ ਸੋਹਣੇ ਦੇ ਪੈਣ ਉਹਨਾਂ ਦਾ ਘਰ ਇਹ ਪਿੱਛੇ ਸਾਡਾ ਤੁਹਾਨੂੰ ਨਜ਼ਰ ਆਉਂਦਾ ਪਈ ਹੈ ਉਹ ਜਿਹੜਾ ਤੁਹਾਨੂੰ ਪਿੱਛੇ ਘਰ ਨਜ਼ਰ ਆਉਂਦਾ ਉਹ ਹੀ ਸਾਡਾ ਆਪਣਾ ਬਲਕਿ ਸਾਡੀ ਚਾਚੂ ਘਰ ਆਉਂਦਾ ਤੁਹਾਨੂੰ ਮੈਂ ਅੱਡ ਕਹਿਣਾ ਸਾਡੀ ਵੀ ਸਾਡੇ ਬੇਰੀਆਂ ਨਹੀਂ ਵੱਜੀਆਂ ਸਹੀਆਂ ਇਹ ਨਿੰਮ ਕਹਿੰਦੇ ਜਿਹਨੂੰ ਉਹ ਹੀ ਦਿਖਾਉਣਾ ਜਿਹੜੀ ਸਬਜ਼ੀਆਂ ਅਸਾਂ ਘਰ ਦੇ ਕੋਲ ਬੀਜੀ ਹੋਈਆਂ ਉਹ ਹੀ ਦਿਖਾਉਂਦੇ ਹਾਂ ਮੈਂ ਬਾਗਿਆਂ ਦਾ ਪੀਂਦਾ ਸਾਈ ਸੋਹਣੀਆਂ ਲੈਂਦੇ ਹਾਰ ਵੈ ਮੈਂ ਕਿਹਾ ਨਾ 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 ਗੋਰੀ ਨਾ 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 ਗੋਰੀ ਚੂੜੀਆਂ ਲੱਦੇ ਹਾਰ ਲੱਦੇ ਲੱਦੇ ਥੋੜ੍ਹਾ ਜਿਹਾ ਉੱਥੋਂ ਫੇਰਿਆ ਨਾਲ ਬਾਤ ਆਉਂਦੇ ਹਾਂ ਬਾਬਾ ਪਿੱਛੇ ਨਜ਼ਰ ਆਉਂਦਾ ਪਿਆ ਸੀ ਇਸ ਕਿੰਨੇ ਸਰਫ ਚੂੜੀਆਂ ਲੈਂਦੇ ਹਾਂ ਦਿਲ ਲੱਦਾ ਬੰਗਲਾ ਤਸ਼ਨ ਇਹਦੇ ਦੇਖੋ ਤੁਹਾਨੂੰ ਚਣੇ ਤੁਹਾਨੂੰ ਠੀਕ ਕਰਕੇ ਡਿੱਗਣਾ ਮੈਂ ਮੋਟਰਸਾਈਕਲ ਆਉਂਦੀ ਪਈ ਹੈ ਮੋਟਰਸਾਈਕਲ ਸੋ ਚੂੜੀਆਂ ਲੱਦੇ ਹਾਰ ਲੱਦਲ ਆਉਂਦੇ ਸੁਨਹਿਰ ਇਹ ਤੁਹਾਨੂੰ ਕਿਤਨਾ ਬਲੋਂ ਕਿੱਕਰ ਨਜ਼ਰ ਆਉਂਦਾ ਪਈ ਆ ਵੀ ਕਿਤਨਾ ਵੱਡਾ ਕਿੱਕਰ ਹੈ ਨਾਲ ਖੱਗਲੀਹੀਨ ਇਹ ਸਰਕਾਰੀ ਜਿਹੜੀ ਇਹਨਾਂ ਦਰਖਤ ਇਹ ਬਹੁਤ ਵੱਡੇ ਵੱਡੇ ਹਨ ਇਹਨਾਂ ਨੂੰ ਹੱਥ ਹੀ ਨਹੀਂ ਲੈਂਦਾ ਇਸ ਵਾਸਤੇ ਚੜ੍ਹ ਜਾਂਦੇ ਹਨ ਲੇਕਿਨ ਜਿਹੜੇ ਸਾਡੇ ਕੋਲ ਆਉਂਦੇ ਹਨ ਨਾ ਇਹ ਸ਼ਰੀਰ ਥੀ ਗਏ ਜਾਂ ਕੋਈ ਹੋਰ ਕੋਈ ਟਾਹਲੀ ਥੀ ਗਈ ਅਸਾਂ ਇਹਨਾਂ ਨਾ ਚੜ੍ਹਦੇ ਕੋਈ ਕੱਪ ਛੋੜ ਜਾਂਦੇ ਹਾਂ ਕੋਈ ਇਹਦੇ ਇਹ ਚਣੇ ਨਜ਼ਰ ਆਉਂਦੇ ਪਾਸ ਹੁਣ ਇਹ ਦੇਖੋ ਇਹ ਚਣੇ ਰਾਹ ਦੇ ਖੋਲੋ ਤਿੰਨ ਸਾਰੇ ਇਹ ਚਣੇ ਹੀ ਨਾਲ ਭਾਈ ਵੇਂਦੇ ਪੈਣ ਨਜ਼ਰੀਆਂ ਦਾ ਹੁਣ ਥੀਂਦੀ ਪਈ ਹੈ ਰਾਤ ਅਤੇ ਮੈਂ ਘਰ ਨਹੀਂ ਲੱਗਾ ਵੇਨਾ ਅਤੇ ਮੈਂ ਆਖਿਆ ਕਿ ਉਹਨਾਂ ਜਿਹੜੀ ਮੈਂ ਤੁਹਾਨੂੰ ਸਬਜ਼ੀਆਂ ਆਖੀਆਂ ਹਨ ਉਹ ਹੀ ਘਰ ਵਾਲੀਆਂ ਡਿਗਵਾਵਾਂ ਇਸ ਵਾਸਤੇ ਮੈਂ ਘਰ ਵੱਲ ਵੇਂਦਾ ਪਈ ਹਾਂ ਐਡੇ ਥੋੜ੍ਹਾ ਇਹਦੇ ਵੱਡਾ ਮੈਂ ਘਰ ਹੁਣ ਵੇਂਦਾ ਪਈ ਹਾਂ ਮੈਂ ਡਿਗਵੇਨਾ ਸਬਜ਼ੀਆਂ ਨਾਲ ਥੋੜ੍ਹੀ ਕਿਤਨੀ ਕਣਕ ਡੇਈ ਹੈ ਸਾਰੀ ਇਹ ਦੇਖੋ ਕਣਕ ਨਾਲ ਜਿਹੜੀ ਨਹਿਰੂ ਨਹਿਰ ਤੋਂ ਪਾਰ ਜਾਏ ਉਹ ਹੀ ਸਹੀ ਹੈ ਉਹਦੇ 'ਤੇ ਜ਼ਿਆਦਾ ਚੀਜ਼ਾਂ ਥੀ ਜਾਂਦੀਆਂ ਸਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਥੀ ਜਾਂਦੀਆਂ ਹਨ ਅਤੇ
ਇੱਡੇ ਵਾਤੀ ਪਾਣੀ ਪੀ ਲੱਗਦੇ ਸਹੀ ਵਾਸਤੇ, ਲੇਕਿਨ ਇੱਡੇ ਜਿਹੜੀ ਜਾਣੀ ਉਹ ਸਹੀ ਆਉਂਦੀ ਹੈ, ਪੱਕੀ ਵੀ ਆਉਂਦੀ ਹੈ, ਸਹੀ ਆਉਂਦੀ ਹੈ, ਇਸ 'ਤੇ ਬਹੁਤ ਅੱਛੀ ਸ਼ਾਇਦ ਹੁੰਦੀ ਹੈ। ਜਿਹੜੇ ਤੁਹਾਨੂੰ ਮੈਂ ਸਬਜ਼ੀ ਨਹੀਂ ਡਿੱਗਣੇ ਨਾ ਅੱਜ ਸਬਜ਼ੀਆਂ ਪਿਛਲੇ ਸਾਲ ਹੀ ਰਹਿੰਦੀਆਂ ਹਨ, ਲੇਕਿਨ ਇਸ ਪਿਛਲੇ ਸਾਲ ਜ਼ਿਆਦੀਆਂ ਹਨ, ਲੇਕਿਨ ਇਸ ਸਾਲ ਥੋੜ੍ਹੀਆਂ ਬਹੁਤ ਥੋੜ੍ਹੀਆਂ ਲਾਈ ਰਹਿਦੀਆਂ ਸੀ। ਇਸ ਵਾਸਤੇ ਇਤਨੀਆਂ ਥੀਂਦੀਆਂ ਵੀ ਨਹੀਂ ਅਤੇ ਫਜ਼ੂਲ ਲੈਂਦੀਆਂ ਨਾ, ਇਸ ਵਾਸਤੇ ਥੋੜ੍ਹੀਆਂ ਪਿੱਛੇ ਚੋਰ ਕਹਿੰਦੇ ਭੈਣ ਕਹਿੰਦੇ ਭੈਣ ਥੋੜ੍ਹੀਆਂ ਮੂਵੀਆਂ ਬਣਾਈਆਂ ਕਰ ਅਤੇ ਚੰਨਾ ਆਵਾਜ਼ ਹੀ ਆਈ ਉਹ ਸੀ ਲਿਖਵੇ ਨਾ ਇਹੜੇ ਕੋ ਤੁਹਾਨੂੰ ਸਭ ਫਾਇਦੇ ਨਜ਼ਰ ਆਉਂਦੇ ਪੈ ਸੋਨ ਇਹਨੂੰ ਨਾਲ ਲਿਖੋ ਡਿੰਗੋਰੀ ਪੈਨ ਔਰ ਮੈਂ ਲਿਖਵੇ ਨਾ ਸਬਜ਼ੀਆਂ ਇਹੜੇ ਕੋ